ਮੋਹਾਲੀ ਦੇ ਕੈਸੀ ਸਾਲਾ ਬੀਬੀ ਕੁਲਵੰਤ ਨਿਰਮਲ ਨੇ ਕੋਰੋਨਾ ਵਾਇਰਸ ਦਾ ਬਹਾਦਰੀ ਨਾਲ ਸਾਹਮਣਾ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਡਾਇਬਟੀ ਅਤੇ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਸਨ, ਪਰ ਇਸ ਦੇ ਬਾਵਜੂਦ ਉਹਨਾਂ ਨੇ ਕੋਰੋਨਾ ਵਾਇਰਸ ਨਾਲ ਡਟ ਕੇ ਟਕਰਾ ਕੀਤਾ ਹੈ। ਉਹ ਹੁਣ ਬਿਲਕੁਲ ਠੀਕ ਹਨ। ਇਸ ਮੌਕੇ 'ਤੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਘਬਰਾਉਣ ਦੀ ਲੋੜ ਨਹੀਂ ਹੈ, ਸਾਨੂੰ ਪ੍ਰਸ਼ਾਸਨ ਦਾ ਹੁਕਮ ਮੰਨਣਾ ਚਾਹੀਦਾ ਹੈ। ਮੇਰਾ ਨਾਮ ਕੁਲਵੰਤ ਨਿਰਮਲ, ਮੈਂ 81 ਸਾਲ ਦੀ, ਮੈਨੂੰ ਕਰੋਨਾ ਦੀ ਬਿਮਾਰੀ ਹੋਈ, ਮੈਂ ਠੀਕ ਹੋ ਕੇ ਆ ਗਈ, ਡਾਕਟਰਾਂ ਨੇ ਮੇਰੀ ਬੜੀ ਸੇਵਾ ਕੀਤੀ। ਬਾਕੀ ਡਰਵਣਾ ਜੋ ਸਰਕਾਰ ਕਹਿੰਦੀ ਹੈ ਜਾਂ ਡਾਕਟਰ ਕਹਿੰਦੇ ਉਹਦੀ ਪਾਲਣਾ ਕਰੋ, ਸਟਰੋਂਗ ਰੱਖੋ ਆਪ ਨੂੰ, ਹਿੰਮਤ ਰੱਖੋ, ਬਾਕੀ ਪਾਠ ਕਰੋ, ਪਾਠ ਨੇ ਤੁਹਾਨੂੰ ਬਚਾਉਣਾ, ਉਸ ਵਾਹਿਗੁਰੂ ਨੇ ਬਚਾਉਣਾ ਤੁਹਾਨੂੰ।